ਵਿਸ਼ਾ ਵਾਤਾਵਰਨ ਦਿਵਸ ਮੌਕੇ ਅੱਜ ਸਟੇਟ ਬੈਂਕ ਆਫ ਇੰਡੀਆ ਵੱਲੋਂ ਡੀਏਵੀ ਯੂਨੀਵਰਸਿਟੀ ਸਥਿਤ ਬੈਂਕ ਦੀ ਸ਼ਾਖਾ ਦੇ ਕੰਪਲੈਕਸ ਵਿੱਚ ਅਧਿਕਾਰੀਆਂ ਵੱਲੋਂ ਬੂਟੇ ਲਗਾਏ ਗਏ ਸ਼ਾਖਾ ਦੇ ਬੈਂਕ ਕਰਮਚਾਰੀਆਂ ਦੇ ਨਾਲ ਭਾਰਤੀ ਸਟੇਟ ਬੈਂਕ ਜੁਲੰਦਰ ਖੇਤਰ ਦੇ ਖੇਤਰੀ ਪ੍ਰਬੰਧਕ ਪ੍ਰਦੀਪ ਕੁਮਾਰ ਨੇ ਬੂਟੇ ਲਗਾਉਣ ਦੀ ਰਸਮ ਨਿਭਾਈ ਮੌਕੇ ਤੇ ਮੌਜੂਦ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਪਰਿਆਵਰਣ ਨੂੰ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਦਾ ਸੰਕਲਪ ਲਿਆ ਇਸ ਸਮਾਗਮ ਵਿੱਚ ਹੋਰਨਾ ਤੋਂ ਇਲਾਵਾ ਬੈਂਕ ਮੈਨੇਜਰ ਪਵਨ ਬੱਸੀ ਸੰਤੋਸ਼ ਕੁਮਾਰ ਐਚਪੀ ਸਿੰਘ ਅਤੇ ਰਮੇਸ਼ ਕੁਮਾਰ ਆਦ ਮੌਜੂਦ ਸ